ਮੰਤਰੀ ਤਾਂ ਮੈਂ ਵੇਖਿਆ ਕਿ ਆਪਦੇ ਵਜ਼ੀਰਾਂ ਦੇ ਬਾਰੇ ਦੱਸਦਾ ਕਿ ਇਹਦਾ ਕੰਮ ਚੰਗਾ ਇਹਦਾ ਮਾੜਾ, ਪ੍ਰਧਾਨ ਮੰਤਰੀ ਵੀ ਕਰਦਾ ਵੇਖਿਆ। ਇਹ ਸਿੱਧੂ ਨੇ ਪਹਿਲਾਂ ਮੰਗ ਲਿਆ ਮਹਿਕਮਾ ਅਰਬਨ ਡਿਵੈਲਪਮੈਂਟ ਦਾ, ਉਹ ਕਿਹਦੇ ਕੋਲ ਹੈ? ਕੈਪਟਨ ਅਮਰਿੰਦਰ ਸਿੰਘ। ਮਤਲਬ ਕਿ ਕੈਪਟਨ ਸਾਹਿਬ ਦਾ ਕੰਮ ਠੀਕ ਨਹੀਂ, ਇਹੀ ਕਹਿਣ ਡਿਆ। ਫਿਰ ਇਹਨੇ ਮੰਗ ਲਿਆ ਐਕਸਾਈਜ਼ ਐਂਡ ਟੈਕਸੇਸ਼ਨ, ਇਹ ਕਿਹਦੇ ਕੋਲ? ਕੈਪਟਨ ਅਮਰਿੰਦਰ ਸਿੰਘ। ਹੁਣ ਕਹਿੰਦਾ ਮੈਨੂੰ ਪੁਲਿਸ ਦਾ ਦੇ ਦਿਓ। ਆਪਦਾ ਤਾਂ ਚਲਾਇਆ ਨਹੀਂ ਜਾਣ ਡਿਆ ਮਹਿਕਮਾ, ਅਤੇ ਉਹਦਾ ਮੰਗੀ ਜਾਂਦਾ। ਮਤਲਬ ਕੀ ਕਹਿਣ ਦਾ, ਲੋਕਾਂ ਨੂੰ ਕੀ ਕਹਿਣਾ ਚਾਹੁੰਦੇ?